ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਰਥਚਾਰੇ ਦੇ ਮਜ਼ਬੂਤ ਹੋਣ ਦੀ ਛਲਾਗਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਲ 2023-24 ਦੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਚ ਭਾਰਤ ਦੀ ਘਰੇਲੂ ਉਤਪਾਦਨ ਦਰ 8.4% ਹੋਣ ਨਾਲ ਦੇਸ਼ ਦੇ ਅਰਥਚਾਰੇ ਚ ਮਜ਼ਬੂਤੀ ਤੇ ਤੇਜ਼ੀ ਸਮਰੱਥਾ ਨੂੰ ਦਰਸਾਉਂਦਾ ਹੈ। ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਯਤਨ ਤੇਜ਼ ਆਰਥਿਕ ਵਿਕਾਸ ਲਿਆਉਣ ਦੀ ਦਿਸ਼ਾ ਵਿੱਚ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਯਤਨ ਦੇਸ਼ ਦੇ 140 ਕਰੋੜ ਭਾਰਤੀਆਂ ਨੂੰ ਇੱਕ ਬਿਹਤਰ ਜ਼ਿੰਦਗੀ ਬਿਤਾਉਣ ਅਤੇ ਇੱਕ ਵਿਕਸਿਤ ਪਰਤ ਬਣਾਉਣ ਚ ਮਦਦ ਕਰਨਗੇ ਜ਼ਿਕਰਯੋਗ ਹੈ ਕਿ ਰਾਸ਼ਟਰੀ ਅੰਕੜਾ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਰ ਦਾ ਕੁੱਲ ਕ੍ਰੇਲੂ ਉਤਪਾਦ ਯਾਨੀ ਕਿ ਜੀ ਡੀ ਪੀ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਈ 'ਚ 8.4 ਫੀਸਦੀ ਦਾ ਵਾਧਾ ਦਰਸਾਇਆ ਤੇ ਰਾਸ਼ਟਰੀ ਖਾਤਿਆਂ ਦੇ ਆਪਣੇ ਦੂਜੇ ਅਗਾਊਂ ਅਨੁਮਾਨ ਵਿੱਚ ਸਾਲ 2023-24 'ਚ ਵਿਕਾਸ ਦਰ 7.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ